ਉਹ ਹੁਣ ਸਬਰ ਕਰ ਲਾ ਗਿਆ ਸਦਨ ਡਾਕਟਰ ਨੂੰ ਕਿਹਦਾ ਗਾਣਾ ਲੈ ਕਦੋਂ ਆਉਣਾ ਵੇਖ ਭਾਈ ਇਮਰਾਨ ਤੇਰਾ ਪਤਾ ਲੈਣ ਆਇਆ ਵਿਚਾਰਾ ਪਰੇਸ਼ਾਨ ਹੋ ਗਿਆ ਤੇਰੀ ਹਾਲਤ ਵੇਖ ਕੇ ਰਾਤ ਦਾ ਇਦਾਂ ਹੀ ਲੱਗਾ ਭਾਈ ਡਾਕਟਰ ਕੀ ਕਹਿ ਰਿਹਾ ਆ ਪਹਿਲੇ ਇੱਕ ਡਾਕਟਰ ਕੋ ਗਏ ਆ ਜਿੱਥੇ ਲੈ ਕੇ ਹਸਪਤਾਲ ਉਹਨੇ ਕਿਹਾ ਰਿਪੋਰਟ ਕਰਾਓ ਅਗਰ ਰਿਪੋਰਟ ਹੁਣ ਸਾਨੂੰ ਤਾਂ ਪੜ੍ਹਨੀ ਕੋਈ ਨਹੀਂ ਆਉਂਦੀ ਹੁਣ ਡਾਕਟਰ ਆਊਗਾ ਤੇ ਉਹ ਹੀ ਪੜੂਗਾ ਬੁਖਾਰ ਹੋਇਆ 4 ਦਿਨ ਪਹਿਲਾਂ ਉਦੋਂ ਖਰੇ ਕੀ ਖਾ ਲਿਆ ਨਾਲ ਗਲਾ ਬਹਿ ਗਿਆ ਫਿਰ 2 ਕੁ ਦਿਨ ਨੰਗੇ ਉਲਟੀਆਂ ਕਰਨ ਲੱਗ ਪਿਆ ਹੁਣ ਨਾਲ ਢਿੱਡ ਦੁਖਦਾ ਤੇ ਨਾਲ ਪਿੰਨੀਆਂ 'ਚ ਖਿੱਚ ਪੈਂਦੀ ਆ ਛੇਤੀ ਸੱਦ ਲਓ ਡਾਕਟਰ ਛੇਤੀ ਸੱਦ ਲਓ ਹੁਣ ਕੀ ਕਿੱਥੋਂ ਫੜ ਲਿਆ ਜੇ ਡਾਕਟਰ ਹੋ ਕੇ ਘੱਲਿਆ ਹੁਣ ਮੈਂ ਹੁਣ ਕਿਤੇ ਦੁਕਾਨ ਤੋਂ ਲੱਭੂਗਾ ਤੇ ਲੈ ਕੇ ਆਉਂਦਾ ਚੱਕਰ ਆਉਂਦੇ ਆ ਹੁਣ ਕਿ ਨਹੀਂ ਹਲੇ ਆਉਂਦੇ ਉਹ ਵੀ ਆਈ ਜਾਂਦੇ ਆ ਘੁੰਮੀ ਜਾਂਦਾ ਘੱਟ ਦਿਆ ਕਰ ਨਾ ਲੋਕਾਂ ਨੂੰ ਚੱਕਰ ਹੁਣ ਆਪ ਆਏ ਤਾਂ ਪਤਾ ਲੱਗਾ ਕਿੱਥੇ ਰਹਿ ਗਿਆ ਮੁੰਡਾ ਯਾਰ ਬੁਲਾ ਲਾ ਡਾਕਟਰ ਭਾਈ ਓਏ ਆ ਜਾਂਦਾ ਡਾਕਟਰ ਹੁਣ ਮੈਂ ਕੀ ਕਰ ਲਾਂ ਇੱਥੇ ਮੈਂ ਕੀ ਕਰ ਲਵਾਂ ਇੱਥੇ ਮੈਨੂੰ ਦੱਸ ਦੇ ਸਾਰੀ ਦਿਨੇ ਤੂੰ ਆ ਕਰਦਾ ਨਹੀਂ ਰਾਤੀ ਤੂੰ ਸੌਣ ਨਹੀਂ ਦੇਣਾ ਰਾਤੀ ਬਗੈਰ ਪੁੱਛੋ ਹੀ ਬੇਸਣ 'ਚ ਉਲਟੀ ਕਰ ਦਿੱਤੀ ਤੂੰ ਸਵੇਰੇ ਭਾਈ ਉੱਠਿਆ ਉੱਠ ਕੇ ਕਹਿੰਦਾ ਵੀ ਆ ਦਹੀਂ ਭੱਲੇ ਕਿੰਨੇ ਰੋੜੇ ਆ ਮੈਂ ਕਿਹਾ ਬੁੱਸ ਗਏ ਹੋਣਗੇ ਬਾਅਦ 'ਚ ਪਤਾ ਲੱਗਾ ਇਹਨੇ ਉਲਟੀ ਕੀਤੀ ਅਸਲਾਮ ਅਲੈਕੁਮ ਜੀ ਆ ਆ ਗਏ ਡਾਕਟਰ ਸਾਹਿਬ ਆ ਜਾਓ ਡਾਕਟਰ ਸਾਹਿਬ ਬਿਸਮਿਲਲਾ ਸਲਾਮ ਅਲੈਕੁਮ ਮੈਂ ਕੁਰਸੀ ਫੜਦਾ ਆ ਜਾਓ ਡਾਕਟਰ ਸਾਹਿਬ ਮਰੀਜ਼ ਆ ਜੀ ਆ ਜਾਓ ਇੱਥੇ ਆ ਜਾਓ ਸੌਰ ਆਇਆ ਡਾਕਟਰ ਸਾਹਿਬ ਆਏ ਆ ਬਾਜੀ ਬਾਜੋ 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 ਕੀ ਮਸਲਾ ਬਣ ਗਿਆ ਡਾਕਟਰ ਸਾਹਿਬ ਭਾਈ ਆਪਣਾ 4-5 ਦਿਨ ਪਹਿਲੇ ਇਹਨੇ ਕੁਛ ਖਾਧਾ ਕੋਈ ਇਹੋ ਜਿਹਾ ਪੁੱਠਾ ਸਿੱਧਾ ਮਿੱਧ 'ਚ ਦਰਦ ਸ਼ੁਰੂ ਹੋਈ ਉਹਦੇ ਨਾਲ ਬੁਖਾਰ ਚੜ ਗਿਆ ਮੁੜ ਕੇ 2 ਕੁ ਦਿਨ ਬਾਅਦ ਗਲਾ ਫੜਿਆ ਗਿਆ ਮੁੜ ਕੇ 1-2 ਦਿਨ ਲੰਘਿਆ ਤਾਂ ਉਲਟੀਆਂ ਸ਼ੁਰੂ ਕਰ ਦਿੱਤੀਆਂ ਹੁਣ ਪੂਰੇ ਜਿਸਮ 'ਚ ਕਹਿੰਦਾ ਖਿੱਚਾਂ ਪੈਂਦੀਆਂ ਉਠਾ ਕੇ ਪਾਉਂਦੇ ਹਾਂ ਡਿੱਗ ਪੈਂਦਾ ਉਠਾ ਕੇ ਪਾਉਂਦੇ ਹਾਂ ਡਿੱਗ ਪੈਂਦਾ ਕੋਈ ਸਮਝ ਨਹੀਂ ਆਉਣ ਦਈ ਅਸੀਂ ਤਾਂ ਐਂ ਵੀ ਆ 2 ਮਹੀਨੇ ਹੋਏ ਇਸ ਮਹੱਲੇ ਵਿੱਚ ਸਾਨੂੰ ਪਤਾ ਵੀ ਕੋਈ ਨਹੀਂ ਵੀ ਇੱਥੇ ਲਾਗੇ ਕਿਹੜਾ ਡਾਕਟਰ ਚੰਗਾ ਇੱਕ ਨੂੰ ਦਿਖਾਉਣ ਗਏ ਉੱਥੇ ਵਾਰੀ ਬੜੀ ਔਖੀ ਆਈ 900 ਰੁਪਇਆ ਫੀਸ ਲੈ ਲਈ ਉਹਨੇ ਅਸੀਂ ਗੱਲਾਂ ਆਪਣੀਆਂ ਬੰਦ ਕਰ ਲਓ ਕਿਉਂਕਿ ਮੈਂ ਲਾਇਆ ਮੈਨੂੰ ਸੁਣ ਨਹੀਂ ਰਹੀਆਂ ਹੁਣ ਆ ਕੇ ਵੇਖਦੇ ਆ ਸਕੂਨ ਕਰ ਲਾ ਛੇਤੀ ਕਰੋ ਮੈਂ ਤਾਂ ਮਰਦਾ ਪਿਆ ਜੀ ਸਾਨੂੰ ਤਾਂ ਸਮਝ ਡਾਕਟਰ ਸਾਹਿਬ ਕੋਈ ਨਹੀਂ ਆਉਣ ਦੇ ਇਹਨੂੰ ਬਣ ਗਈ ਗਈਆਂ ਖਾਂਸੀ ਕਰੇ ਥੋੜਾ ਸਾ ਉੱਚੀ ਖਾਂਸੀ ਕਰੇ ਔਰ ਖਾਂਸੀ ਕਰੇ ਇੱਧਰਲੀ ਜੇਬ 'ਚ 10-10 ਵਾਲੇ ਆ ਇਹਦੇ ਵਿੱਚ ਆਉਣ ਡੇ ਨੇ ਭਾਈ ਚਾਈ ਜੰਗ ਕਰ ਉਹ ਤੂੰ ਚੁੱਪ ਕਰ ਤੂੰ ਡਾਕਟਰ ਤੋਂ ਬਹੁਤ ਸਿਆਣਾ ਖਾਂਸੀ ਕਰੋ ਕੀ ਰੋਲਾ ਜੀ ਆਂਖੇ ਉੱਪਰ ਕਰੋ ਸ਼ਾਬਾਸ਼ ਔਰ ਉੱਪਰ ਕਰੋ ਕਰ 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 ਜਿੱਦਾਂ ਕਹਿੰਦੇ ਮੂੰਹ ਖੋਲੋ ਔਰ ਖੋਲੋ ਖੋਲੋ ਮੂੰਹ ਔਰ ਖੋਲੋ ਇੱਟ ਫੜਾਵਾਂ ਵਿੱਚ ਦੇ ਲਓ ਮੂੰਹ ਇੰਨਾ ਕਿ ਮਰੀਜ਼ ਬੰਦੇ ਨੇ ਖੋਲਣਾ ਹੋਰ ਕਿੰਨਾ ਕੁ ਖੋਲੇ ਹੋ ਮੂੰਹ ਕਦੋਂ ਤੋਂ ਇਸ ਤਰ੍ਹਾਂ ਕਰ ਰਹੇ ਨੇ 5-7 ਦਿਨ ਹੋ ਗਏ ਆ ਜੀ ਇਦਾਂ ਹੀ ਆ ਡਿੱਗ ਪੈਂਦਾ ਡਿੱਗ ਪੈਂਦਾ ਇਹ ਲੱਤ ਨੂੰ ਚੁੱਕੋ ਤੋ ਪੁੱਤਰ ਲੱਤ ਤੋਂ ਕੰਬਲ ਚੱਕ ਲੱਤ ਚੁੱਕੋ ਇਹਨਾਂ ਦੀ ਇਹ ਕੀ ਕਰ ਰਹੇ ਹੋ ਡਾਕਟਰ ਸਾਹਿਬ ਆ ਕੀ ਚੈੱਕ ਹੋਣ ਦਿਆ ਇਹਦਾ ਨਹੀਂ ਬੀਪੀ ਤਾਂ ਠੀਕ ਹੈ ਮਾਸ਼ਾਅੱਲਾ ਸਿਰਫ ਪੈਰਾਂ 'ਚੋਂ ਬੋ ਆ ਰਹੀ ਹੋਰ ਤਾਂ ਕੁਛ ਨਹੀਂ ਬੀਪੀ ਤਾਂ ਨਹੀਂ ਤੁਸੀਂ ਤਾਂ ਜੁੱਤੀ ਦਾ ਸ਼ਾਇਦ ਲੈਣ ਨਏ ਬਲੱਡ ਪ੍ਰੈਸ਼ਰ ਮਸ਼ੀਨ ਦੇ ਨਾਲ ਇੱਥੋਂ ਮੈਂ ਤਾਂ ਕਦੇ ਨਹੀਂ ਵੇਖਿਆ ਇਹ ਕਦੋਂ ਤੋਂ ਇਹਨਾਂ ਨੂੰ ਉਲਟੀਆਂ ਆ ਰਹੀਆਂ ਨੇ ਇਹ ਜੀ ਪਰਸੋਂ ਉਲਟੀਆਂ ਨੇ ਕਰਨੀਆਂ ਸ਼ੁਰੂ ਕੀਤੀਆਂ ਜਿਹੜੀ ਸ਼ਾਇਦ ਖਾਂਦਾ ਵਾ ਅੰਦਰ ਟਿਕਦੀ ਕੋਈ ਨਹੀਂ
कल दी इत्थे बड़ी शदीद दर्द हो रही है साइड ते ना तुसीं ते डॉक्टर हो तुहाडी कीड़ी गल आ भाई मोती हो रही कोई दवाई है गुर्दे दर्द दी पई कर आ एक गोली काट के खा लो नहीं ये वखी च होण दी ए परसों चौथ दी ना जी मेरे नाल कुछ मसाइल हो रहे ने ते एदे मसलियां दा की करना बाबा सेठ दी भी शिकायत है तुहानू इस वास्ते मैं कोई तलियां चीजां वड्डा गोश्त इधर उधर चीजा नहीं खाता बहुत मसला कितों दवाई ले रहे हो इन्हें तुम पहले आ डॉक्टर बैर है परले पास छे नंबर गली से मुंडा अच्छा है डॉक्टर अच्छा हाँ जी दो दिन आराम आया से कितनी फीस है 350 रुपया कितने बजे बैंदा है 4 बजे तो लेके 7 बजे तक यार वो उन्हें तो गल करिए उन्हें ना मेरे ना इतने दर्द रहती है शदीद ते आ जो चेक करना है की करना अल्लाह पाक इन्हें शिफा देगा हाथ करो जरा इधर इस जगह ते इस जगह ते इस जगह ते क्या भी दर्द है भाई मरा तुसी इत्थे लंबे पवो जी मैं डॉक्टर नूं सद के लिया आवां नहीं नहीं बैठो तुसी बैठो वैसे तुहानूं पुछ रहे हां तुसी डॉक्टर नहीं गए मैं अपने भरा वास्ते तुहानूं सद्या आ तुसी अपनियां दर्दां मैनूं दिखाउण लग पए कोई कागज पेंसिल फड़ो मरीज दी लिखण गए जी अच्छा अच्छा आराम होना चाहिए जी भाई जी आराम देखो जी शफा मिन जानब अल्लाह ज्यादा तेज ना मतलब लिखियो गोलियां नहीं हल्की पत्ती ना देनी है पत्ती ना ज्यादा तेज पत्ती नहीं जरूरत है ना गोपालू दिम पटाका केड़ा पटाका गोपालू ये की है जी ये कैप्सूल है इन्होंने सुबह दोपहर शाम देना गोपालू दिन पटाका इस तरह करो ए मुंडे नूं भेजो तुसी इतों बाहर सड़क ते निकलोगे ना जी मेडिकल स्टोर है अपनी आंटी को पैसे ला जा भज के मेरा पुत ना इथो दवाई फड़ लिया जरा दो बोतल एक चिट्टी बोतल होगी एक काली होगी काली हां बोतल बोतल होनी है ਡਾਕਟਰ ਸਾਹਿਬ ਆ ਪਿਛਲੇ ਇੱਕ ਡਾਕਟਰ ਨੂੰ ਦਿਖਾਇਆ ਸੀ ਉਹਨੇ ਇੱਕ ਰਿਪੋਰਟ ਕਰਾਈ ਸਾਨੂੰ ਤਾਂ ਪੜ੍ਹਨੀ ਕੋਈ ਨਹੀਂ ਹੁੰਦੀ ਆ ਵੇਖੋ ਹਾਂ ਇਹ ਐਨਕ ਦਿਓ ਮੈਨੂੰ ਮੇਰੀ ਸਾਨੂੰ ਤਾਂ ਸਮਝ ਕੋਈ ਨਹੀਂ ਅੱਛਾ ਇਹ ਕਿੰਨੇ ਮਰਲੇ ਦੀ ਹੈ ਇਹ ਆਪਣਾ ਕੀ ਕਿੰਨੇ ਮਰਲੇ ਦੀ ਹੈ ਜੀ ਇਹ ਰਜਿਸਟਰੀ ਡਾਕਟਰ ਸਾਹਿਬ ਮੈਂ ਰਿਪੋਰਟ ਦਿਖਾ ਰਿਹਾ ਇਹਦੇ ਬਲੱਡ ਦੀ ਰਿਪੋਰਟ ਕਰਾਈ ਆ ਉਹ ਸਾਨੂੰ ਨਹੀਂ ਪਤਾ ਕੀ ਲਿਖਿਆ ਤੁਸੀਂ ਰਜਿਸਟਰੀ ਸਮਝ ਆਉਂਦਾ ਹੈ ਤੇ ਕਿੰਨੇ ਹਿੱਸੇ ਨੇ ਇਹਦੇ ਚ ਇਹਦਾ ਕੱਲੇ ਦਾ ਹਿੱਸਾ ਜੀ ਇਹਦਾ ਹੀ ਆ ਜਿਸਮ ਇਹਦਾ ਹੀ ਖੂਨ ਆ ਕਿ ਰਿਪੋਰਟ ਹੈ ਡਾਕਟਰ ਸਾਹਿਬ ਰਿਪੋਰਟ ਤੁਸੀਂ ਦੱਸਣਾ ਕਿ ਵਿੱਚ ਕੀ ਵਾਧਾ ਤੇ ਕੀ ਘਾਟਾ ਇਹ ਤੇ ਹੈਗੇ ਨੇ 7 ਮਰਲੇ ਤੇ 6 ਸਰਸਾਈ ਉਹ ਯਾਰ ਮੈਂ ਕਹੀ ਜਾ ਰਿਹਾ ਵੀ ਇਹ ਰਿਪੋਰਟ ਹੈ ਰਿਪੋਰਟ ਹੈ ਜਿੱਦਾਂ ਰਿਪੋਰਟ ਹੁੰਦੀ ਹੈ ਨਾ ਡਾਕਟਰ ਸਾਹਿਬ ਤੁਸੀਂ ਵੀ ਲਿਖ ਕੇ ਦਿੰਦੇ ਹੋ ਨਾ ਰਿਪੋਰਟਾਂ ਨਹੀਂ ਨਹੀਂ ਰਜਿਸਟਰੀ ਹੈ ਕਿੱਥੇ ਰਜਿਸਟਰੀ ਹੈ ਇਹ ਦਿਖਿਆ 7 ਮਰਲੇ ਤੇ ਭਾਈ ਇਮਰਾਨ ਦੇਖੀਆਂ ਰਜਿਸਟਰੀ ਹੈ ਯਾਰ ਡਾਕਟਰ ਸਾਹਿਬ ਦੇ ਐਨਕ ਵੀ ਲੱਗੀ ਹੈ ਇਹ ਰਿਪੋਰਟ ਹੈ ਜੀ ਖੂਨ ਦੀ ਕਰਾਈ ਸੀਗੀ ਡਾਕਟਰ ਸਾਹਿਬ ਨੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਅੱਜ ਆ ਕੇ ਦੇ ਦਿਓ ਤੇ ਤੁਹਾਨੂੰ ਕਿੰਨੇ ਪੈਸੇ ਲੱਗੇ ਉਹਨਾਂ ਦੇ 1150 ਰੁਪਏ ਯਾਰ ਮੈਂ ਨਹੀਂ ਸਵੇਰੇ ਰਿਪੋਰਟਾਂ ਕਰਾ ਲਵਾਂ ਤੁਸੀਂ ਇੱਕ ਕੰਮ ਕਰੋ ਵੈਸੇ ਮੈਂ ਜੋ ਦਵਾਈਆਂ ਖਾਈ ਜਾਣਨੇ ਆ ਕਿਉਂ ਭਾਈ ਰਿਪੋਰਟਾਂ ਕਰਾ ਲਵਾਂ ਮੈਂ ਤਾਂ ਕਹਿੰਦਾ ਮੈਂ ਆਪਣੀ रंग काला ਹੋਈ ਜਾਂਦੇ ਆ ਇਹ 5-7 ਦਿਨਾਂ ਚ ਕਿੰਨਾ ਹੀ ਹੋ ਗਿਆ ਸੁੱਕੀ ਵੀ ਕੋਈ ਗੱਲ ਨਹੀਂ ਕੋਈ ਅੱਛੀ ਕਰੀਮ ਇਸਤੇਮਾਲ ਕਰਵਾਓ ਇਹਨਾਂ ਨੂੰ ਠੀਕ ਹੋ ਜਾਏਗਾ ਰੰਗ ਇਹਨਾਂ ਦਾ ਹੋ ਜਾਂਦਾ ਧੁੱਪੇ ਬਹਿਣ ਨਾਲ ਫਿਰਨ ਤੁਰਨ ਨਾਲ 5 ਦਿਨਾਂ ਤੋਂ ਅੰਦਰ ਆ ਤੇ ਉਹਦਾ ਰੰਗ ਧੁੱਪੇ ਕਿੱਥੇ ਉਹਨੇ ਬਹਿਣਾ ਉਹ ਧੁੱਪੇ ਤੋਂ ਬੈਠਾ ਹੀ ਕੋਈ ਨਹੀਂ ਤੇ ਬਾਹਰ ਫਿਰ ਇਹਨਾਂ ਨੂੰ ਕੱਢੋ ਇੱਥੋਂ ਕਾਹਦੇ ਵਾਸਤੇ ਅੰਦਰ ਰੱਖਿਆ ਇਹਨਾਂ ਨੂੰ ਜਿਸਮ 'ਚ ਖਿੱਚਾਂ ਪੈਂਦੀਆਂ ਉਹਦਾ ਉਹ ਕਿਉਂ ਪੈਣ ਦੀਆਂ ਡਾਕਟਰ ਹਾਏ ਮੂੰਹ ਸੁੱਕੀ ਜਾਂਦਾ ਮੂੰਹ ਸੁੱਕਦਾ ਇਹਦਾ ਲਿਆ ਕਰ ਆ ਗਏ ਉਹ ਤਾਂ ਆ ਬਸ ਇਹ ਗਲਾਸ ਇੱਕ ਲਿਆਓ ਜੀ ਜਰਾ ਆ ਮੈਨੂੰ ਫੜਾ ਦਿਓ ਦੋਨੋਂ ਮੈਨੂੰ ਫੜਾ ਦਿਓ ਤੁਸੀਂ ਬਸ ਇਹ ਕਿਹੜੀਆਂ ਬੋਤਲਾਂ ਗਲਾਸ ਇੱਕ ਮੰਗਵਾਓ ਜਰਾ
ਉਹ ਤਾਂ ਗਲਾਸ ਦੇ ਹੀ ਹੈ ਅੰਦਰੋਂ ਇੱਕ ਤੇ ਉਹ ਬਕਾ ਗਲਾਸ ਦੇ ਹੀ ਠੀਕ ਹੈ ਮੈਰੇ ਤੇ ਉਹ ਗਲਾਸ ਭਾਈ ਦਾ ਦਵਾਈ ਦਾ ਕੋਕ ਮਗਾ ਡਾਕਟਰ ਸਾਹਿਬ ਕੋਕ ਮਗਾ ਇਹ ਇਹਨੂੰ ਲਾਉਣ ਲਈ ਬੋਤਲ ਨਹੀਂ ਮਗਾਈ ਤੁਸੀਂ ਨਹੀਂ ਨਹੀਂ ਇਹ ਤਾਂ ਮੈਂ ਆਪਣੇ ਪੀਣ ਨੂੰ ਮਗਾਈ ਮੈਨੂੰ ਬੜੀ ਆਦਤ ਹੈ ਕੋਲਡ ਡਰਿੰਕ ਪੀਣ ਦੀ ਮੈਂ ਨਾ ਨਾ ਪੀਵਾਂ ਜੀ ਅਤੇ ਮੈਨੂੰ ਸਕੂ ਗੈਸ ਵਾਲੀ ਹੈ ਅੱਛਾ ਗੈਸ ਆ ਇਹਦੇ 'ਚ ਗੈਸ ਆ ਰਹੀ ਤੁਹਾਡੇ ਵੱਲ ਵੈਸੇ ਨਹੀਂ ਗੈਸ ਚੜ੍ਹ ਬਹੁਤ ਰਹੀ ਆ ਉਹ ਮੈਂ ਕਹਿੰਦਾ ਇਸ ਤੋਂ ਬਾਅਦ ਅਗਰ ਚਾਹ ਦਾ ਇੱਕ ਕੱਪ ਹੋ ਜਾਵੇ ਤਾਂ ਕਈ ਵਾਰੀ ਨਾ ਚੀਜ਼ਾਂ ਅਸੀਂ ਬਹੁਤੀਆਂ ਮੰਗਾ ਲੈਂਦੇ ਉਹ ਫਿਰ ਮਰੀਜ਼ ਨੂੰ ਥੋੜੀਆਂ ਹੀ ਲੱਗਦੀਆਂ ਨੇ ਬਾਕੀਆਂ ਫਿਰ ਨਾ ਉਹ ਸਾਡੇ ਘਰ ਲੱਗਦੀਆਂ ਨੇ ਸਮਝ ਲਓ ਇਹਦੀ ਦਵਾਈ ਕਿਹੜੀ ਲਿਆਉਣੀ ਆ ਉਹ ਕੋਈ ਲਿਖ ਕੇ ਦਿਓ ਇਹਨੂੰ ਕੀ ਹੋਇਆ ਸਾਨੂੰ ਕੋਈ ਪੱਲੇ ਪਾਓ ਬੋਤਲਾਂ ਤੁਸੀਂ ਆਪਣੇ ਪੀਣ ਨੂੰ ਮੰਗਾ ਲਈਆਂ ਤੇ ਡਾਕਟਰ ਕਾਹਦਾ ਭਾਈ ਤੂੰ ਮੈਂ ਹਾਂਜੀ ਤੁਸੀਂ ਕਾਹਦੇ ਡਾਕਟਰ ਹੋ ਕਿਹੜੀ ਡਿਗਰੀ ਕਾਹਦੀ ਹੈ ਤੁਹਾਡੀ ਮੈਂ ਡਿਗਰੀ ਕਾਲਜ ਯਾਰ ਭਾਈ ਜੀ ਭਾਜੀ ਪਹਿਲੇ ਕਦੇ ਮਰੀਜ਼ ਨੂੰ ਠੀਕ ਕੀਤਾ ਮੈਨੂੰ ਤਾਂ ਸ਼ੱਕ ਪੈਣ ਦਿਆ ਤੂੰ ਕੋਈ ਡਾਕਟਰ ਡੂਕਟਰ ਕੋਈ ਨਹੀਂ ਹੈਗਾ ਭਾਈ ਇਮਰਾਨ ਦੁਕਾਨਾਂ ਨੇ ਨਾ ਉਹ ਮੇਰੀਆਂ ਦੁਕਾਨਾਂ ਬਣਾ ਕੇ ਮੈਂ ਕਿਰਾਏ ਤੇ ਡਾਕਟਰ ਨੂੰ ਦਿੱਤੀਆਂ ਸੀ ਨਾ ਤੁਸੀਂ ਡਾਕਟਰ ਨਹੀਂ 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 ਫਿਰ ਉੱਥੇ ਨਾ ਲੋਕ ਵਿਚਾਰੇ ਆ ਰਹੇ ਨੇ ਜਾ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਡਾਕਟਰ ਸਾਹਿਬ ਫੌਤ ਹੋ ਗਏ ਨੇ ਮੈਂ ਕਿਹਾ ਯਾਰ ਲੋਕ ਜੋ ਇੰਨੇ ਜ਼ਲੀਲ ਹੋਣ ਡਏ ਨੇ ਚਲੋ ਇਹ ਗਰੀਬਾਂ ਦਾ ਜਿਹੜਾ ਆ ਕੰਮ ਜਿਹੜਾ ਆ ਮਾਮਲਾ ਉਹ ਸਾਰਾ ਮੈਂ ਸਾਂਭ ਲੈਣਾ ਹੁਣ ਕੋਈ ਦੋਸਤ ਅਗਰ ਇੱਦਾਂ ਕਿਸੇ ਬਿਮਾਰ 'ਤੇ ਸੱਦਦਾ ਤਾਂ ਫਿਰ ਮੈਂ ਹਾਜ਼ਰ ਹੋ ਜਾਂਦਾ ਤੁਸੀਂ ਡਾਕਟਰ ਡੂਕਟਰ ਕੋਈ ਨਹੀਂ ਨਹੀਂ ਦੇਖੋ ਇਹ ਤਾਂ ਬਸ ਸ਼ਿਫਾ ਮਨਜਾਰਾ ਬੱਲਾ ਆ ਬਸ ਅੱਲਾ ਨੇ ਸ਼ਿਫਾ ਦੇਣੀ ਇਹਨਾਂ ਨੂੰ ਅਤੇ ਇਹਦੇ 'ਚ ਇਹ ਕਾਹਲੀ ਫੜੀ ਜੇ ਬਿੱਲੀ ਪਾ ਕੇ ਛੱਡਣ ਜਾਂਦੇ ਆ ਤੁਸੀਂ ਇਹ ਕਾਹਦੇ ਲਈ ਬੈਗ ਫੜਿਆ ਤਾਂ ਡਾਕਟਰਾਂ ਨੇ ਫੜਿਆ ਹੁੰਦਾ ਨਹੀਂ ਨਹੀਂ ਖੋਲ੍ਹ ਕੇ ਤੁਸੀਂ ਦੇਖੋ ਇਹ 'ਚ ਕੋਈ ਚੀਜ਼ ਨਹੀਂ ਖੋਲ੍ਹ ਲਓ ਸ਼ੇਰ ਹੁਣ ਇਹ ਬਿਲਕੁਲ ਖਾਲੀ ਹੈ ਐਸਾ ਹੈ ਜਜ਼ਬਾ ਜਨੂੰ ਤੋਂ ਹਿੰਮਤ ਨਾ ਹਾਰ ਕੁਛ ਨਹੀਂ ਹੈ ਇਹਦੇ 'ਚ ਆ ਬੈਗ ਇੱਥੇ ਕੁਛ ਨਹੀਂ ਹੈ ਨਹੀਂ ਨਹੀਂ ਕੁਛ ਵੀ ਆਹ ਜਿਹੜਾ ਕੰਨਾਂ ਨੂੰ ਲਾਇਆ ਇਹਦੇ 'ਚ ਤੁਹਾਨੂੰ ਕੀ ਸਮਝ ਆਈ ਆਉਂਦੇ ਉਹਦੇ ਨਾਲ ਮਰੀਜ਼ ਦੇ ਉਹਦੇ ਪੈਰ ਤੋਂ ਮੈਨੂੰ ਉੱਥੇ ਪਤਾ ਲੱਗ ਗਿਆ ਸੀ ਬਲੱਡ ਪ੍ਰੈਸ਼ਰ ਪੈਰ ਨਾਲ ਲਾ ਕੇ ਚੈੱਕ ਨਹੀਂ ਮੈਂ ਕਿਹਾ ਨਵਾਂ ਸਟਾਈਲ ਆਉਣਾ ਚਾਹੀਦਾ ਹੈ ਦੁਨੀਆ ਦੇ ਵਿੱਚ ਇਹ ਹਰ ਬੰਦਾ ਬਾਹ ਨੂੰ ਹਰ ਬੰਦਾ ਬਾਹ ਨੂੰ ਲਾਉਂਦਾ ਹੈ ਡਾਕਟਰ ਕੋਈ ਨਹੀਂ ਹੈਗੇ ਨਹੀਂ ਮੈਂ ਕਿਹਾ ਮੈਂ ਨਵਾਂ ਸਟਾਈਲ ਇੰਟਰੋਡਿਊਸ ਕਰਵਾਵਾਂ ਜ਼ਰਾ ਕੀ ਉਹ ਤੇ ਉਹ ਵੈਪਰ ਫੜਾਇਆ ਮੈਨੂੰ ਜ਼ਰਾ ਵੈਪਰ ਨਹੀਂ 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 ਉਹ ਬੈਠ ਦੇ ਸੱਚ ਜਿੰਨਾ ਤੂੰ ਖੇਲਣ ਜਾਂਦਾ ਸਵਾ ਤੇਰੀ ਖੇਡ ਵੀ ਮੁੱਕੇ ਹਾਂਜੀ ਖੋੜ ਆਏ ਮੈਂ ਅਮਰੂਦ ਖਾਨਾ ਕੋਈ ਚੀਜ਼ ਖਾਨਾ ਨਾ ਉਹਦੇ ਵਿੱਚ ਫਸ ਜਾਂਦੀ ਹੈ ਕੋਈ ਗੱਲ ਨੀ ਮੈਂ ਦਾੜਾ ਕੱਢਣ ਲੱਗਾ ਤੁਹਾਡੀਆਂ ਸਾਰੀਆਂ ਹੀ ਤੁਸੀਂ ਇੱਕੋ ਵਾਰੀ ਪੂਰੀ ਬੱਤੀ ਸੀ ਪਵਾਉਣੀ ਆ ਹੁਣ ਕਿਹੜੀ ਗੱਲੋਂ ਕਿਹੜੀ ਗੱਲੋਂ ਯਾਰ ਤੂੰ ਪਾਗਲ ਆਦਮੀ ਆ ਤਾਂ ਕਿੱਥੋਂ ਆ ਗਿਆ ਨਾ ਤੂੰ ਡਾਕਟਰ ਨਾ ਕੋਈ ਹੋਰ ਤੁਸੀਂ ਬਦਤਮੀਜ਼ੀ ਕਰ ਰਹੇ ਕਿਹੜੀ ਬਦਤਮੀਜ਼ ਨਹੀਂ ਕਰ ਰਹੇ ਮਾਲਸੀ ਪੂਣਾ ਬਾਣ ਇੱਥੇ ਲੱਤਾਂ ਘੁੱਟ ਤੇਰਾ ਕੋਈ ਤਾਂ ਫਾਇਦਾ ਹੋਵੇ ਸਾਨੂੰ ਆਉਣ ਦਾ ਮਗਰ ਮਾਰ ਕੇ ਆ ਮਰ ਜਾ ਤੂੰ ਕਿਤੇ ਉਲਟੀਆਂ ਕਰੀ ਜਾਂਦਾ ਪੂਰੇ ਘਰ ਚ ਇਹਦੇ ਨਾਲ ਮੈਂ ਕੁੱਤਾ ਰੱਖ ਲਵਾਂ ਉਹ ਚੰਗਾ ਬੈਗ ਚ ਬੜਾ ਉਹਦਾ ਕਿਤੇ ਜਹੇਜ਼ ਦਾ ਸਮਾਨ ਆ ਬੈਗ ਦੇ ਵਿੱਚ ਹੁਣ ਮੈਂ ਇੱਥੇ ਕੀ ਕਰਨਾ
ਆ ਬੈਗ ਫੜ ਲੈ ਜਿੰਨਾ ਥੁੱਕਣਾ ਤੂੰ ਇਹਦੇ 'ਚ ਥੁੱਕਣਾ ਜੇ ਸਾਡੇ ਵਿਹੜੇ 'ਚ ਹੁਣ ਤੂੰ ਥੁੱਕਿਆ ਨਾ ਤਾਂ ਮੈਂ ਤੇਰਾ ਮੂੰਹ ਪਾੜ ਦੇਣਾ ਮੈਂ ਤੈਨੂੰ ਦੱਸਾਂ ਇਹਦੇ 'ਚ ਉਲਟੀ ਕਰਨੀ ਆ ਇਹਦੇ 'ਚ ਵਿੱਚ ਹੀ ਬੰਦ ਕਰਕੇ ਜੇਬ ਰੱਖ ਲੈਣੀ ਇੱਥੇ ਸੀਨੇ ਲਾ ਕੇ ਸੌਣਾ ਇਹਨੂੰ ਮੈਂ ਤੈਨੂੰ ਦੱਸਦਾ ਹੀ ਲਓ ਜੀ ਆ ਜੀ 5 ਦਿਨ ਹੋ ਗਏ ਪੈਸੇ ਲਾਈ ਜਾਂਦੇ ਆ ਬੋਤਲ ਤੋਂ ਝੂਠੀ ਕਰ ਰਿਹਾ ਉਹ ਜਾ ਬਾਹਰ ਇਕੱਠੇ ਨੂੰ ਪਾਇਆ ਬੋਤਲਾਂ ਦੋਵੇਂ ਉਹ ਮਰ ਗਿਆ ਥਾ ਤੇ ਡਾਕਟਰ ਹੋਰ ਲੈ ਆਓ